ਸਲੂਨ ਤੇ ਵਾਲ ਕਟਾਉਂਦੇ ਸ਼ਖਸ ਤੇ ਹੋਇਆ ਹਮਲਾ। ਆ ਵੇਖੋ ਕਿਵੇਂ ਕਾਪੇ ਲੈ ਕੇ ਪਹੁੰਚੇ ਨੌਜਵਾਨ, ਸੀਸੀਟੀਵੀ ਵਿੱਚ ਵਾਰਦਾਤ ਹੋਈ ਕੈਦ। ਤਾਂ ਦੱਸ ਦਈਏ ਕਿ ਸਲੂਨ ਤੇ ਵਾਲ ਕਟਾਉਂਦੇ ਸ਼ਖਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਸੀਸੀਟੀਵੀ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਆਉਂਦੇ ਨਜ਼ਰ ਆ ਰਹੇ ਨੇ ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ, ਜਿੱਥੇ ਪੀੜਿਤ ਸ਼ਖਸ ਨੇ ਦੱਸਿਆ ਕਿ ਗੱਡੀ 'ਚ 3 ਤੋਂ 4 ਨੌਜਵਾਨ ਉਤਰਦੇ ਨੇ, ਜਿਨ੍ਹਾਂ ਦੇ ਕੋਲ ਕਾਪੇ ਵੀ ਹੁੰਦੇ ਨੇ ਤੇ ਉਹ ਸਲੂਨ ਤੇ ਬੈਠਾ ਸੀ। ਤਾਂ ਇਸੇ ਦੌਰਾਨ ਇਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਨੇ। ਤਾਂ ਸ਼ਖਸ ਨੇ ਇਲਜ਼ਾਮ ਲਗਾਏ ਕਿ ਉਸ ਤੇ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਹ ਨਸ਼ੇ ਦੇ ਖਿਲਾਫ ਬੋਲਦਾ ਹੈ ਤੇ ਹਮਲਾਵਰ ਕਤਲ ਦੇ ਕੇਸ 'ਚ ਜ਼ਮਾਨਤ ਤੇ ਬਾਹਰ ਆਏ ਹੋਏ ਨੇ। ਤਾਂ ਉਹਨਾਂ ਕਿਹਾ ਕਿ ਸਾਨੂੰ ਤੈਨੂੰ ਮਾਰਨ ਦੇ ਲਈ ਭੇਜਿਆ ਗਿਆ, ਜਦਕਿ ਪੁਲਿਸ ਨੇ ਸਾਰੀ ਵਾਰਦਾਤ ਨੂੰ 2 ਧਿਰਾਂ ਦੀ ਆਪਸੀ ਤਕਰਾਰ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਇੱਕ ਦੂਸਰੇ ਦੇ ਨਾਲ ਵਿਵਾਦ ਹੋ ਚੁੱਕਿਆ। ਤਾਂ ਇਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ, ਜਿਸ ਦੇ ਵਿੱਚ 2 ਤੋਂ 3 ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਂਦੇ ਹੋਏ ਨਜ਼ਰ ਆ ਰਹੇ ਨੇ। ਮੇਰਾ ਛੋਟਾ ਬ੍ਰਦਰ ਇੱਥੇ ਸਲੂਨ 'ਤੇ ਕਟਿੰਗ ਕਰਾਉਣ ਆਇਆ ਅਤੇ ਇੱਥੇ ਬਦਮਾਸ਼ ਹੈਗੇ ਨੇ, ਕੋਈ ਨੰਨਾ ਚੀਨਾ ਅਤੇ ਇੱਕ ਮੰਨੂ, ਉਹ ਬੰਦੇ ਜਿਹੜੇ ਨੇ ਉਹ 302 ਦੇ ਵਿੱਚ ਬਾਹਰ ਆਏ ਹੋਏ ਨੇ ਅਤੇ ਇਹ ਸਲੂਨ ਦੇ ਵਿੱਚ ਗੱਡੀ ਜਾ ਕੇ ਇੱਥੇ 2 ਕਾਪੇ ਇੱਕ ਰਾਡ ਉਹਨਾਂ ਕੋਲ ਸੀ, ਉਹਨਾਂ ਆਉਂਦਿਆਂ ਅਸਲਾ ਕੱਢ ਕੇ ਮੇਰੇ 'ਤੇ ਤਾਣਤਾ ਅਤੇ ਮੈਨੂੰ ਕੁਰਸੀਆਂ ਰਾੜਾਂ ਨਾਲ ਇੱਥੇ ਕੁੱਟਿਆ ਗਿਆ ਅਤੇ ਔਰ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ, ਤੈਨੂੰ ਤੇਰੇ ਬੱਚਿਆਂ ਨੂੰ ਮਾਰ ਦੇਣਾ, ਅਸੀਂ ਤੈਨੂੰ ਛੱਡਣਾ ਨਹੀਂ, ਸਾਨੂੰ ਜੇਲ੍ਹ 'ਚ ਫੋਨ ਆਇਆ ਕਿ ਬੰਦਾ ਮਾਰਨਾ, ਇਹ ਚਿੱਟੇ ਦੇ ਖਿਲਾਫ ਬੋਲਦਾ, ਠੀਕ ਹੈ। ਅਤੇ ਮੈਂ ਤਾਂ ਹੱਥ ਜੋੜ ਕੇ SSP ਸਾਹਿਬ ਨੂੰ ਬੇਨਤੀ ਕਰਦਾ, DGP ਸਾਹਿਬ ਨੂੰ ਬੇਨਤੀ ਕਰਦਾ ਅਤੇ ਮਾਨ ਸਰਕਾਰ ਨੂੰ ਬੇਨਤੀ ਕਰਦਾ ਅਤੇ ਸਾਡੇ ਜਲਾਲਾਬਾਦ MLA ਸਾਹਿਬ ਗੋਲਡੀ ਸਾਹਿਬ ਜੀ, ਤੁਹਾਨੂੰ ਵੀ ਤੁਹਾਡਾ ਧੰਨਵਾਦ ਹੋਵੇ ਕਰ ਰਹੇ ਫਿਰਦੇ ਨੇ। ਤਾਂ ਆਪਦੀ ਗੱਡੀ ਦੇ 2 ਇਹਨਾਂ ਕੋਲ ਅਸਲੇ ਸੀ, ਪਾਕਿਸਤਾਨੀ ਜਿਹੜੇ ਸਟਾਰ ਵਾਲੇ ਅਸਲਾ, ਇਹਨਾਂ ਕੋਲ ਇੰਨਾ ਕਿੱਥੋਂ ਅਸਲਾ ਆ ਗਿਆ। ਅਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿਸਾਨ ਯੂਨੀਅਨ ਨੂੰ ਔਰ ਸਾਰੀਆਂ ਹੀ ਜਥੇਬੰਦੀਆਂ ਨੂੰ ਕਿ ਰਲ ਮਿਲ ਕੇ ਮੇਰਾ ਸਾਥ ਦਿਓ, ਮੈਂ ਗਰੀਬ ਬੰਦਾ, ਇਹ ਤਾਂ ਕੱਲ੍ਹ ਨੂੰ ਮਾਰ ਦੇਣਗੇ ਜੀ। ਇਹ ਕਹਿੰਦੇ ਸਾਨੂੰ ਜੇਲ੍ਹ 'ਚ ਫੋਨ ਆਇਆ ਅਤੇ ਸਾਨੂੰ ਪਾਕਿਸਤਾਨ ਨੂੰ ਫੋਨ ਆਇਆ, ਤੈਨੂੰ ਮਾਰਨਾ ਜੀ, ਠੀਕ ਹੈ। ਅਤੇ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਜੀ। ਇਹ ਗੱਲ ਦੀ ਹੈਗੀ ਹੈ ਕਿ ਇੱਕ ਨੰਨਾ ਨਾਂ ਦਾ ਜਵਾਕ ਜਿਹਾ ਹੈਗਾ, ਚਿੱਟਾ ਵੇਚਦਾ ਹੈ ਜੀ, ਇਹ ਉੱਥੇ ਟਵਾਣਿਆਂ ਪਿੰਡ ਚਿੱਟਾ ਵੇਚਣ ਜਾਂਦਾ, ਉੱਥੇ ਮੇਰੇ ਬ੍ਰਦਰ ਨੇ ਇਹਨੂੰ ਰੋਕਿਆ ਵੀ ਚਿੱਟਾ ਵੇਚਣ ਨਹੀਂ ਦੇਣਾ, ਚਿੱਟਾ ਇਹਨੇ ਖੋਹ ਵੀ ਲਿਆ ਸੀ। ਅਤੇ ਮੈਂ ਚਿੱਟੇ ਦੇ ਬਰਖਲਾ ਬੋਲਦਾ, ਅੱਗੇ ਵੀ 2 ਵਾਰੀ ਮੇਰਾ ਰੌਲਾ ਪਿਆ, ਚਿੱਟੇ ਵਾਲੇ ਬਰਖਲਾ ਪਿਆ ਜੀ। ਅਤੇ ਹੁਣ ਵੀ ਇਹ ਕੀ ਸੀ, ਇਹਨਾਂ ਨੂੰ ਕਿਸੇ ਦਾ ਫੋਨ ਆਇਆ, ਕੋਈ ਵੱਡੀ ਪਾਰਟੀ ਹੈਗੀ ਹੈ, ਜਾ ਕੇ ਚੀਨਾ ਹੈਗਾ ਉਹ ਪਿੰਡ ਕਹਿੰਦਾ ਹੈਗਾ PB-64E-2457, ਉਸ ਗੱਡੀ ਦੇ ਵਿੱਚ ਆਏ ਨੇ, ਚਿੱਟੀ ਗੱਡੀ I-20 ਹੈ, ਔਰ ਉਹਨਾਂ ਕੋਲ 2 ਅਸਲੇ ਸੀਗੇ ਜੀ, ਠੀਕ ਹੈ। ਅਤੇ ਮੈਂ ਤਾਂ ਸਰ ਦੁਬਾਰਾ ਫਿਰ ਬੇਨਤੀ ਕਰਦਾ SSP ਸਾਹਿਬ ਨੂੰ, SHO ਸਾਹਿਬ ਨੂੰ, DSP ਸਾਹਿਬ ਨੂੰ, ਵੀ ਇਹਨਾਂ ਨੱਥ ਪਾਈ ਜਾਵੇ। 2-4 ਦਿਨ ਪਹਿਲਾਂ ਇਹਨਾਂ ਹੋਸਪਿਟਲ ਦੇ ਵਿੱਚ ਵੜ ਕੇ ਨਾ ਇੱਕ ਐਡਾ ਵੱਡਾ ਕਾਂਡ ਕੀਤਾ, ਇਹਨਾਂ ਨੇ ਤਾਂ ਕੱਲ੍ਹ ਨੂੰ ਜਿਉਣ ਨਹੀਂ ਦੇਣਾ ਜੀ। ਅਤੇ ਬਸ ਮੇਰੀ ਤਾਂ ਇਹੀ ਬੇਨਤੀ ਹੱਥ ਜੋੜ ਕੇ ਕਿ ਇਹਨਾਂ 'ਤੇ ਬਣਦੀ ਕਾਰਗੀ, ਤਾਂ ਅਸਰ ਟਵਾਣਿਆ ਜਾ ਕੇ ਵੇਚਦਾ, ਇੱਕ ਨੰਨਾ ਅਤੇ ਇੱਕ ਮੰਨੂ, ਇਹ 2 ਬੰਦੇ, ਅਤੇ ਇਹਨਾਂ ਨੂੰ ਅਸੀਂ ਉੱਥੇ ਰੋਕਿਆ ਸੀ 1-2 ਵਾਰੀ, ਅਤੇ ਉਸ ਗੱਲ ਦੀ ਰੰਜਿਸ਼ ਰੱਖਦੇ ਨੇ ਜੀ ਵੀ ਇਹ ਚਿੱਟਾ ਵੇਚਦੇ ਨੇ, ਇੱਕ ਨੰਨਾ ਹੈਗਾ ਮੁੰਡਾ ਅਤੇ ਇੱਕ ਮੰਨਾ, ਇਹ ਉੱਥੇ ਨੰਨਾ ਅਤੇ ਮੰਨੂ ਇਹ ਗਏ ਟਵਾਣਿਆ ਚਿੱਟਾ ਵੇਚਣ, 5 ਗ੍ਰਾਮ ਸੀ ਇਹਨਾਂ ਕੋਲ, ਉੱਥੇ ਫੜ ਕੇ ਚਪੇੜਾ ਚਪੂੜਾ ਮਾਰਦੇ, ਮੈਂ ਇਹ ਕੰਮ ਨਹੀਂ ਕਰਨ ਦੇਣਾ ਗਾ, ਠੀਕ ਆ। ਉਸ ਤੋਂ ਬਾਅਦ ਅੱਜ ਮੈਂ ਇੱਥੇ ਆਇਆ ਸਲੂਨ 'ਚ ਕਟਿੰਗ ਕਰਾਉਣ, ਮੈਨੂੰ ਨਹੀਂ ਪਤਾ ਸੀ ਵੀ ਇੱਥੇ ਪਹਿਲਾਂ ਬੈਠੇ ਨੇ, ਇੱਥੇ ਆਉਂਦਿਆਂ ਨਾਲ ਹੀ ਮੇਰੇ ਗਲ ਪੈ ਗਏ ਨੇ ਅਤੇ ਇਹਨਾਂ ਹੋਰ ਬੰਦੇ ਸਦਾ ਗਏ, ਕਿਹਨਾਂ ਕੋਲ 2 ਰਿਵੋਲਵਰ ਸੀ ਇਹਨਾਂ ਕੋਲ ਸਿੱਧੇ ਕਰ, ਅਤੇ ਇਹਨਾਂ ਨੂੰ ਕੈਮਰਾ 'ਚ ਆਈ ਫੋਟੋਗ੍ਰਾਫ ਵੀ ਹੈਗੀ, ਵੀਡੀਓ ਵੀ ਹੈਗੀ, ਅਤੇ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾ। ਬਲਜੀਤ ਕਪੂਰ ਦੀ ਗੱਡੀ 'ਤੇ ਆਏ ਨੇ ਜੀ, 2 ਪਾਰਟੀਆਂ ਆਪਸ 'ਚ ਬੈਸੀਆਂ ਸੀ,
ਵਿਕਰਮ ਟਵਾਣਾ ਅਤੇ ਦੂਜੇ ਪਾਸੇ ਮੰਨਾ ਸੀ, ਇਹ ਵਾਲ ਵੂਲ ਕਟਾਉਣ ਗਏ ਸੀ। ਇੱਕ ਪਾਰਟੀ ਪਹਿਲਾਂ ਵਾਲ ਕਟਾ ਰਹੀ ਸੀ ਬੈਠੀ, ਦੂਸਰੀ ਪਾਰਟੀ ਉੱਥੇ ਚਲੀ ਗਈ, ਜਿਨ੍ਹਾਂ ਦਾ ਪਹਿਲਾਂ ਵੀ ਕੋਈ ਮਾੜਾ ਮੋਟਾ ਤਕਰਾਰ ਹੋਇਆ ਸੀ। ਉੱਥੇ ਇਹਨਾਂ ਦੀ ਬੋਲ ਬੁਲਾਰਾ ਹੋਇਆ, ਕੋਈ ਮਾਰ ਕਟਾਈ ਨਹੀਂ ਹੋਈ, ਨਾ ਹੀ ਕੋਈ ਦਾਖਲ ਹੋਇਆ, ਅਤੇ ਪੁਲਿਸ ਕੋਲ ਕੰਪਲੇਂਟ ਦੇ ਗਏ ਨੇ ਇਹ, ਉਹ ਤਫਤੀਸ਼ ਜਾਰੀ ਹੈ, ਜਿਵੇਂ ਹੋਊਗੀ ਕਾਰਵਾਈ ਕਰ ਦਿੱਤੀ ਜਾਊ। ਨਹੀਂ, ਪਿਸਟਲ ਵਾਲੀ ਦੇਖੋ ਵੀਡੀਓ ਬਣੀ ਹੋਈ ਆ, ਉੱਥੇ ਸਿਰਫ ਬਹਿਸ ਬਸਈਏ ਹੁੰਦਾ ਦਿਖਦਾ, ਉੱਥੇ ਕੋਈ ਮਾਰ ਕਟਾਈ ਨਹੀਂ, ਕੋਈ ਕੁਛ ਹੁੰਦਾ ਦਿਖਦਾ ਨਹੀਂ ਹੈਗਾ, ਨਾ ਹੀ ਕੋਈ ਪਿਸਟਲ ਨਜ਼ਰ ਆਉਂਦਾ, ਨਾ ਹੀ ਕੋਈ ਦਾਖਲ ਹੋਇਆ ਹਸਪਤਾਲ ਦੇ ਵਿੱਚ। ਹਾਂਜੀ ਹਾਂ, ਦਰਖਾਸਤਾਂ ਆ ਗਈਆਂ ਨੇ, ਉਹ ਆਪਣਾ ਡਿਊਟੀ ਅਫਸਰ ਜਿਹੜਾ ਸੀਗਾ ਉਹ ਮੌਕੇ 'ਤੇ ਚਲਾ ਗਿਆ ਸੀ, ਅਤੇ ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਕਰ ਦਿੱਤੀ ਜਾਊਗੀ।